ਧੋਖਾ ਹੋ ਗਿਆ ਮਿੱਤਰੋ ਸਾਡੇ ਨਾਲ। ਗਾਵਾਂ ਦਾ ਗੰਦਾ ਪਾਣੀ ਲੱਗਦਾ ਜੇ ਗਾਵਾਂ ਬਹੁਤ ਹੀ ਘੱਟ ਵੱਧ ਲੱਖ ਲੱਖ ਨਹੀਂ ਕਿਲੋ ਚਾਰ ਪੰਜ ਹਜ਼ਾਰ ਹੁਣ ਨਾ ਜਿੱਦਾਂ ਅੱਗੇ ਰੀਫਰ ਦਾ ਕੰਮ ਕਰਦੇ ਸੀ ਨਾ ਧੁੱਪੇ ਨਿਕਲਣ ਦਾ ਡਰ ਲੱਗਦਾ ਸੀ ਔਰ ਲੋੜ ਚੱਕੀ ਦੇ ਵੀ ਧੁੱਪੇ ਲਾਈ ਦੇ ਵੀ ਧੁੱਪੇ ਤਾਂ ਕਰਕੇ ਨਾ ਹੁਣ ਧੁੱਪੇ ਖੜ੍ਹਨ ਨੂੰ ਵੀ ਦਿਲ ਕਰਦਾ ਵੀ ਕੋਈ ਨਹੀਂ ਧੁੱਪੇ ਖੜ੍ਹ ਜਾਓ ਕੋਈ ਚੱਕਰ ਨਹੀਂ ਹੈਗਾ। ਬਈ ਫਾਈਨਲੀ ਬਣ ਗਈ ਗੱਲ ਕਹਿੰਦੇ ਵੀ ਹੈ ਕਿੱਦਾਂ ਜੇ ਲੈ ਕੇ ਆ ਗਿਆ ਮਟਰਾਂ 'ਚ ਪੰਜ ਵਜੇ ਦੇ ਆਏ ਹੋਏ ਸੱਤ ਵੱਜ ਗਏ ਦੋ ਮਿੰਟ ਬਿਠਾ ਰੱਖਿਆ ਉਹ ਘਰ ਚੱਲ ਗਿਆ ਸੀ ਗੱਡੀ ਲੈ ਕੇ ਆਪਣੀ ਵੇਟ ਕਰਦਾ ਰਿਹਾ ਸੀ ਨਿਕਲ ਗਿਆ ਸ਼ਾਮ ਨੂੰ ਜੰਗ ਮਿਲ ਗਏ ਲੈ ਕੇ ਨਿਕਲ ਗਿਆ ਮਿਲਣਾ ਇਹਨੇ ਪੰਜ ਮਿੰਟ ਲਾਉਣੇ ਜਿੱਦਾਂ ਉਹ ਜਗਾਨ ਲੈ ਕੇ ਆਇਆ ਤੂੰ ਪਲੀਜ਼ ਯਾਰ ਹੈ ਕਹਿੰਦੇ ਆਫ ਰੋਡਿੰਗ ਕਰਨੀ ਭੀੜ ਦਾ ਆਫ ਰੋਡਿੰਗ ਚੱਲਣ ਦੀ ਭੀੜ ਨਾ ਜਿੰਨਾ ਸੋਚਿਆ ਸੀਗਾ ਮਿੱਤਰੋ ਵੀ ਧੋਖਾ ਹੋ ਗਿਆ ਅਤੇ ਥੋੜ੍ਹਾ ਜਿਹਾ ਹੋਇਆ ਜਿੱਦਾਂ ਕੱਲ੍ਹ ਵੀ ਪੰਜ ਵਜੇ ਬੰਦੇ ਨੇ ਲੋਡ ਕਰਨਾ ਸੀਗਾ ਟਰਾਲਾ ਆਪਣਾ ਅਤੇ ਹੁਣ 6:30 ਹੋ ਗਏ ਆ ਅਤੇ ਹੁਣ ਆਇਆ ਵੈਲੀ ਹੁਣ ਇਹ ਬਹਾਨਾ ਮਾਰ ਰਹੇ ਕਹਿੰਦੇ ਇਹਨੇ ਸਕੂਈਜ਼ ਜਿਹੜੀ ਆ ਉਹ ਖਰਾਬ ਹੋ ਗਈ ਸੀ ਆਪਾਂ ਠੀਕ ਕਰਾ ਕੇ ਲੈ ਗਏ ਹਾਂ ਦੁਬਾਰਾ ਰਾਣਾ ਭਾਅ ਜੀ ਬੈਕ ਕਰ ਰਿਹਾ ਟਰੱਕ ਹੁਣ ਅਤੇ ਬੈਕ ਕਰਕੇ ਥੋੜ੍ਹਾ ਜਿਹਾ ਅਤੇ ਇੱਧਰ ਨੂੰ ਖੱਬੇ ਪਾਸੇ ਜਿਹੜੀ ਆ ਲੈਣ ਜੀ ਦੀਦੀ ਆ ਉਹਦੇ ਨਾਲ ਟਰੱਕ ਜਿਹੜਾ ਪਾਰਕ ਕਰਨਾ ਆਪਾਂ ਨੇ ਅਤੇ ਉਹ ਕਹਿੰਦਾ ਵੀ ਫਿਰ ਮੈਂ ਵਧੀਆ ਤਰੀਕੇ ਨਾਲ ਜਿਹੜੇ ਬੇਲਸ ਹੈਗੇ ਆ ਪੱਠੇ ਹੈਗੇ ਆ ਚੱਕ ਕੇ ਰੱਖ ਦੂੰਗਾ ਟਰਾਲੇ ਦੇ ਉੱਤੇ ਉਹ ਜੁਗਾੜ ਜਿਹਾ ਇਹਨੂੰ ਕਹਿੰਦੇ ਆ ਸਕੂਈਜ਼ ਮੈਨੂੰ ਵੀ ਅੱਜ ਹੀ ਪਤਾ ਲੱਗਾ ਇਹਨਾਂ ਨੇ ਵਾਰ ਵਾਰ ਚੁੱਕਿਆ ਨਾ ਸਕੂਈਜ਼ ਖਰਾਬ ਹੋ ਗਈ ਸਕੂਈਜ਼ ਮੈਂ ਕਿਹਾ ਪਤਾ ਨਹੀਂ ਕਿਹੜੀ ਚੀਜ਼ ਖਰਾਬ ਹੋ ਗਈ ਇਹਨਾਂ ਦੀ ਅਤੇ ਬਾਅਦ 'ਚ ਪਤਾ ਲੱਗਾ ਜਦੋਂ ਆਇਆ ਇਹ ਜੁਗਾੜ ਜਿਹਾ ਲੈ ਕੇ ਮੈਂ ਕਿਹਾ ਇਹ ਆ ਸਕੂਈਜ਼ ਇਹਨਾਂ ਦੀ ਹੈ ਨਾ ਛੱਤੀ ਬੇਲਸ ਚੱਕਣੇ ਆ ਬਾਬੇ ਜਿੱਦਾਂ 6 ਸੈੱਟ ਲੱਗਣੇ ਨੇ ਜਿੱਦਾਂ ਸੱਜੇ ਪਾਸੇ ਪਏ ਨਾ 6 ਬੇਲਸ ਦਾ 1 ਸੈੱਟ ਬਣਦਾ ਆ ਅਤੇ ਇਹ ਜਿਹੜੇ 6 ਸੈੱਟ ਲੱਗਣੇ ਨੇ ਅਤੇ ਮੈਨੂੰ ਲੱਗਦਾ ਵੀ 48 ਫੁੱਟ 'ਤੇ ਪੂਰੇ ਪੂਰੇ ਆਉਣਗੇ ਇਹ ਅਤੇ ਕਹਿੰਦਾ ਕਈ ਵਾਰ ਥੋੜ੍ਹਾ ਜਿਹਾ ਓਵਰਹੈਂਗ ਕਰਨਾ ਪੈਂਦਾ ਅਤੇ ਮੈਂ ਇਹਨੂੰ ਕਿਹਾ ਮਗਰਲੇ ਪਾਸੇ ਸ਼ੁਰੂ ਕਰ ਟਰਾਲਾ ਦੇਣਾ ਵੀ ਮਗਰਲੇ ਪਾਸੇ ਪਹਿਲਾਂ ਓਵਰਹੈਂਗ ਜਿਹਾ ਕਰ ਜੁਗਾੜ ਜਿਹਾ ਮਗਰ ਨੂੰ ਵਧਾ ਕਿਉਂਕਿ ਆਪਣਾ ਮਗਰ ਸਪਰੈਡ ਐਕਸਲ ਆਪਾਂ 40,000 ਤੱਕ ਚੱਕ ਸਕਦੇ ਹਾਂ ਤਾਂ ਕਰਕੇ ਅਤੇ ਮੋਹਰੇ ਮੈਂ ਕਿਹਾ ਭਾਰ ਘੱਟ ਰਵੇ ਥੋੜ੍ਹਾ ਜਿਹਾ ਸਹੀ ਆ ਕੱਢ ਲੈਂਦੇ ਹਾਂ ਪਰਲੇ ਪਾਸੇ ਪਈਆਂ ਕਿਤਾਬਾਂ ਕੋਈ ਗੱਲ ਨਹੀਂ ਤੂੰ ਮਾਮਾ ਪਹਿਲਾਂ ਸਿੱਧੇ ਹੀ ਲੈ ਗਿਆ ਨਾ ਮੁੜ ਕੇ ਐਨੂੰ ਆਇਆ ਉਹ ਖਾਲਸਾ ਸੱਤ ਮਰ ਜਾਂਦਾ ਇਹਨਾਂ ਮੈਂ ਸਿੱਧੇ ਲੈ ਜਾਂਦਾ ਅੱਛਾ
ਨੈਵੀਗੇਸ਼ਨ ਦੇ ਦਿੰਦਾ ਇਹ ਲੈ ਮੈਂ ਬਿਨਾ ਦੇਖ ਕੇ ਲੈ ਗਿਆ ਨਾ ਬਈ ਮਮਾ ਨੇ ਜਿਹੜੇ ਸਹੀ ਝੜੀ ਕੱਢ ਲਿਆ ਡਿਫਰੈਂਸ਼ੀਅਲ ਦੇ ਕਿੱਡਾ ਲੱਗਾ ਮੋਰਲੇ ਮੋਰਲ ਪਾਸੇ ਡਵੇਂ ਟਰੱਕ ਯਾਰ ਮੈਨੂੰ ਲੱਗਾ ਕੋਈ ਗੱਲ ਨਹੀਂ ਆਪੇ ਸਹੀ ਸਹੀ ਕਰੀ ਆ ਬੇਲ ਤਾਂ ਪਹਿਲੀ ਟੇਢੇ ਆ ਮੜੇ ਜੇ ਹੈਨਾ ਉਹਦੇ ਪੈਕ ਲੱਗੇ ਹੋ ਆ ਚਿੱਲ ਮੋੜ 'ਚ ਉਠਾ ਲਿਆ ਉਹਨੂੰ ਹੈਂ 8 ਫੁੱਟ ਹੀ ਹੋਣੇ ਪਹਿਲੇ ਚੋ ਲੋਡ ਹੋ ਰਿਹਾ ਲੋਡ ਹੋ ਗਿਆ ਸਟ੍ਰੈਸ ਪਾਉਣ ਡੇ ਹਾਂ ਅਤੇ ਕੰਡ ਲੜਨ ਡੀ ਪੂਰੀ ਤੂੜੀ ਤੂੜੀ ਹੋਈ ਪਈ ਕੰਮ ਤੂੜੀ ਚੱਕਣ ਡੇ ਤੂੜੀ ਪੱਠੇ ਲੈਣੇ ਬਈ ਤੇਰੇ ਵਾਲੀ ਟੀ ਸ਼ਰਟ 'ਚ ਪਸੀਨਾ ਸੀ ਨਾ ਮੇਰੇ ਚਿੰਦੀ ਦਾ ਆਲਮੋਸਟ ਆਲਮੋਸਟ ਡਨ ਬਾਬੇ ਆਲਮੋਸਟ ਡਨ ਬਣ ਚੱਲੀ ਗੱਲ ਆ ਜੀ ਮਿੱਤਰੋ ਆਲਮੋਸਟ ਆਲਮੋਸਟ ਡਨ ਹੋ ਗਏ ਹਾਂ ਅਤੇ ਲੋਡ ਕਰਨ ਨੂੰ ਟਾਈਮ ਲੱਗ ਗਿਆ ਥੋੜ੍ਹਾ ਸਟ੍ਰੈਪ ਡਾਊਨ ਕਰਨ ਨੂੰ ਪਹਿਲੀ ਵਾਰ ਚੱਕੀ ਇਹ ਘਾਹ ਜਿਹੜਾ ਪਹਿਲੀ ਵਾਰ ਚੱਕਿਆ ਸੋ ਉਹਦੇ ਕਰਕੇ ਟਾਈਮ ਲੱਗ ਗਿਆ ਥੋੜ੍ਹਾ ਜਿਹਾ ਹਾਲੇ ਵੀ ਮੁਹਰੇ ਇੱਕ ਸਟ੍ਰੈਪ ਪਾਉਣੀ ਆ ਹੋਰ ਕਾਟੀ ਮਾਰਨੀ ਆ ਵੀ ਗਾਂਹ ਨੂੰ ਨਾ ਜਿਹੜਾ ਬੇਲ ਆ ਤੁਰਨ ਸੋ ਉਹਦੇ ਲਈ ਮੈਂ ਇੱਕ ਬਿੰਚ ਮੁਹਰੇ ਛੱਡਤੀ ਸੀਗੀ ਅਤੇ ਰਾਣੇ ਭਾਈ ਨੇ ਆ ਥੋੜ੍ਹੀ ਜਿਹੀ ਢਿੱਲੀ ਰੱਖੀ ਉਹ ਸਟ੍ਰੈਪ ਰਾਣੇ ਭਾਅ ਜੀ ਹੁਣੀ ਜ਼ੋਰ ਲਾਉਂਦੇ ਹੋਏ ਹਾਂ ਬੀਬੀ ਆਈ ਮੈਨੂੰ ਲੈਣ ਕਹਿੰਦੀ ਮੈਨੂੰ ਫੋਲੋ ਕਰਦੇ ਨਾ ਲੋਡ ਲਾਈਏ ਮੈਂ ਕਿਹਾ ਓਕੇ ਜੀ ਆ ਗਏ ਮਗਰ ਤੁਹਾਡੇ
एक लाख गां खड़ी होर मक्की की खेती इतने भी बहुत होंगी है मिड वेस्ट सारा मक्की बीजते कैलीफोर्निया में मक्की बीजते कित कि इधर मक्की के खेत आ गए तो मैं क्या चल दिखा दूँ तू मक्की कह लो ज्वार कह लो मकई कह लो या फिर छलियाँ कह लो वो है इतने भी बीजी है मैं पहली बार देखी मिला कैलीफोर्निया मक्की इन्नी बीजी जा ये डंगर के पट्ठिया के हिसाब न बीजी होगी जब हम इंडिया से कहते चार पाते आ एक लख गां होर खड़ी इतने फाइनली मित्रों 10 मील कैलीफोर्निया 99 हाईवे तो 10 मील वैसट चला के ट्रक से आप पहुँचे हाईवे 43 से 43 जड़ा I-5 तो 99 के बिच चल रहा है ये स्टॉप साइन वगैरह भी होना छोटा हाईवे आ बट ये भी चंगी चीज़ आ तो हूँ जिदा मैं वापस कैलीफोर्निया बेकरफील्ड जो जाना है तो मैं 43 से चला जाना मैं 99 नालू नहीं चला है ट्रक तो आप फाइनली पहुँच गए जी इन्हें डेयरी तो बैलियाँ की तो डेयरी हैगी सजे पास जो तुम शडाइया दीदी यह डेयरी हैगी इतने जाके लोड लाने हम तो मैं लगता है भी जेडे सब बीबी मैनू उ पहुँचने तो पहले टिपटन पहुँचने तो पहले ही जाके खड़ी सी तो बैली चक लो कर लेंगे जाते ही बाकी देखते हैं पता लगेगा हूँ मतलब कि कुल मिला के जी मेरा तीजा लोड आ पहले दोनों लोड जोड़े आ चकलो ला लो ही सी तो हूँ आ तीजा लोड आ चक्कण वेले थोड़ी प्रॉब्लम हुई है लाने वेले हूँ देखो किदा होंदी आ स्केल कर ली आ हूँ स्केल करके तो हूँ बीबी कहिंदी हौलो मी इधर गावं मझां रखियां बैलियां ने स्क्वीज जिहड़ी मशीन है जिन्हां कल लद्दिया सीगा ਉਨਾ ਹੀ ਅੱਜ ਲਾਉਣਗੇ ਉਹਨੂੰ ਸਕੂਈਜ਼ ਕਹਿੰਦੇ ਆ मैं लगा अनसिक्योर कर लोड नूं स्ट्रैपा स्ट्रुपा लाने लगा तो गोरा जिहड़ा स्क्वीज चला मैनू कहिंदा स्ट्रैपा बहुत पाइया मैं क्या भरावा मेरा तीजा लोड मैं तो दो चार होर सिटन नूं फिरदा मैं क्या नेरा हो गया तां करके घट पाइया मैं क्या मैं तो प्रो कहिंदा इन्नी चाहिए नहीं मैं क्या होर प्रवाह आप हले की कहिंदे हुंदे आ टेंशन जी लैनी है थोड़ी जी लोडां दी ते तरीके नाल चलावांगे कोई गल नहीं है ना
ਭਾਜੀ ਮਿੱਤਰੋ ਲੋਡ ਲਾਤਾ ਆ ਖਾਲੀ ਹੋ ਗਿਆ ਟਰਾਲਾ ਉੱਤੇ ਹੇ ਪਈ ਆ ਇਹ ਉੜ ਜਾਣੀ ਆਪੇ ਗੁੱਡਮੈਨ ਦੀ ਲਾਡਣ ਅੱਜ ਬਾਈ ਤੁਹਾਡੇ ਨੇ ਬਹੁਤ ਫੁਰਤੀ ਮਾਰੀ ਮੈਂ 20-25 ਮਿੰਟਾਂ 'ਚ ਜਿਹੜੀਆਂ ਸਟਰੈਪਾਂ ਖੋਲ੍ਹ ਕੇ ਅਤੇ ਮੁੜ ਕੇ ਲੋਡ ਜਿਹੜਾ ਹੈਗਾ ਲੁਹਾ ਕੇ ਸਟਰੈਪਾਂ ਇਕੱਠੀਆਂ ਕਰ ਲਈਆਂ ਹੁਣ ਲੱਗੇ ਆਪਾਂ ਇੱਥੋਂ ਪੇਪਰ ਵਰਕ ਮੱਖੀਆਂ ਬੜੀਆਂ ਆ ਗਈਆਂ ਅੰਦਰੋਂ ਪੀਪੀ ਤੋਂ ਲਈਏ ਪੇਪਰ ਵਰਕ ਆਪਾਂ ਹੁਣ ਤਾਂ ਚਲੀਏ ਘਰ ਨੂੰ ਉਹ ਬੱਲੇ ਬੱਲੇ ਟੀ ਸ਼ਰਟ ਗੰਦੀ ਚੰਗਿਆੜੇ ਲੋਡ ਲਾ ਕੇ ਮੈਂ ਤੁਰ ਪਿਆ ਸੀਗਾ 43 ਹਾਈਵੇ ਸਾਊਥ 'ਤੇ ਅਤੇ ਮੈਂ ਮੋਹਰੇ ਹੋਣੀ ਦੇਖੀ ਮੈਂ ਕਿਹਾ ਤਾਂ ਬੈਲਣ ਮੈਨੂੰ ਜਾਣਦੀ ਆ ਇਹ ਕਿਉਂਕਿ ਮੈਨੂੰ ਤਾਂ ਚੇਤਾ ਆਇਆ ਜਦੋਂ ਮੈਂ ਗਿਆ ਸੀਗਾ ਗੱਡੀ ਚੱਕਣ ਸੈਨ ਹੋ ਦਿਨ ਤਾਂ ਉਦੋਂ ਮੈਂ ਐਮਟ੍ਰੈਕ ਜੋ ਗਿਆ ਸੀ ਉਹ 43 ਹਾਈਵੇ ਨਾਲ ਨਾਲ ਚੱਲਦੀ ਆ ਤਾਂ ਮੈਂ ਮੋਹਰੇ ਲਾਈਟਾਂ ਆਉਂਦੀਆਂ ਦੇਖੀਆਂ ਮੈਂ ਕਿਹਾ ਐਮਟ੍ਰੈਕ ਆਉਂਦੀ ਆ ਹੁਣ ਫਿਰ ਮੈਂ ਕਿਹਾ ਚਲੋ ਅੰਦਰੋਂ ਤਾਂ ਦਿਖਾ ਦਿੱਤੀ ਸੀ ਐਮਟ੍ਰੈਕ ਹੁਣ ਬਾਹਰੋਂ ਤੁਰੀ ਜਾਂਦੀ ਦਿਖਾ ਦਈਏ ਬੜੇ ਬਈ ਬੜੇ ਬੁੱਕ ਦੇ ਇਹ 80-80 ਮਾਈਲ ਪਰ ਆਵਰ 'ਤੇ ਜਾਂਦੇ ਆ ਅਤੇ ਆਹ ਜਿਹੜੀ ਹੈਗੀ ਹੈ ਇਹ ਆਪਣੇ ਡਬਲ ਡੈਕਰ ਜਿਹੀ ਹੈ ਮੇਰੇ ਹਿਸਾਬ ਨਾਲ ਉਹ ਰਿਕੁਆਇਰਮੈਂਟ ਹੈ ਇਹ ਲੋਡ ਲਾ ਕੇ ਅਤੇ ਮੈਂ ਵਾਪਸ ਆਉਣ ਡਿਆ ਸੀਗਾ ਅਤੇ ਮੇਰੇ ਨਾ ਜਿੱਦਾਂ ਮੈਂ ਸੋਚਿਆ ਵੀ ਮਾੜਾ ਮੂੰਹ ਹੱਥ ਧੋ ਲਈਏ ਘਰ ਜਾਣ ਤੋਂ ਪਹਿਲਾਂ ਕਿਉਂਕਿ ਪਹਿਲਾਂ ਪਿੰਡ ਜਾ ਕੇ ਨਾ ਆਪਣੇ ਬਾਈ ਮਕੈਨਿਕ ਕੋਲ ਲੈ ਕੇ ਜਾਣਾ ਟਰੱਕ ਨੂੰ ਅਤੇ ਕਿਉਂਕਿ ਮੈਂ ਖੁਦ ਆਪਣੇ ਹੱਥੀ ਇੱਕ ਵਾਰੀ ਮੈਂ ਕਿਹਾ ਚੱਲ ਟਰੱਕ ਨੂੰ ਗਰੀਸ ਵਗੈਰਾ ਕਰਾ ਦਈਏ ਅਤੇ ਇੱਕ ਕਲਾਚ ਜਿਹੜਾ ਇਹਦਾ ਬਿਲਕੁਲ ਉੱਪਰ ਆ ਕੇ ਫਰੀ ਹੁੰਦਾ ਆ ਬਿਲਕੁਲ ਉੱਪਰ ਆ ਕੇ ਉਹ ਮੈਨੂੰ ਥੋੜ੍ਹਾ ਜਿਹਾ ਸ਼ੌਕ ਜਿਹਾ ਆਇਆ ਵੀ ਮੈਂ ਕਿਤੇ ਇੰਗੇਜ ਨਾ ਰਹਿੰਦਾ ਹੋਵੇ ਮਾੜਾ ਮੋਟਾ ਵੀ ਤਾਂ ਕਰਕੇ ਉਹ ਕਲੱਚ ਦੀ ਐਡਜਸਟਮੈਂਟ ਕਰਾਉਣੀ ਹੈ ਥੋੜ੍ਹਾ ਜਿਹਾ ਨਾ ਉੱਪਰ ਪਲੇ ਦੇਣੀ ਹੈਗੀ ਕਲੱਚ ਨੂੰ ਉੱਪਰਲੇ ਪਾਸੇ ਆ ਕੇ ਸੋ ਉਹ ਮੈਂ ਕਿਹਾ ਚੱਲ ਕੰਮ ਕਰਾਉਣੇ ਆ ਅਤੇ ਤਾਂ ਕਰਕੇ ਟਰੱਕ ਯਾਰਡ 'ਚ ਲਾ ਕੇ ਸਿੱਧਾ ਮੈਂ ਬਾਈਕ ਕੋਲ ਜਾਣਾ ਤਾਂ ਮੈਂ ਕਿਹਾ ਚੱਲ ਮੂੰਹ ਹੱਥ ਧੋ ਲਈਏ ਪਹਿਲਾਂ ਟਰੱਕ ਸਟਾਪ 'ਤੇ ਆ ਕੇ ਨਾਲੇ ਇੱਥੋਂ ਥੋੜ੍ਹੀ ਕੌਫੀ ਕੂਫੀ ਚੱਕ ਲੈਣਾ ਸਵੇਰ ਦਾ ਖਾਧਾ ਪੀਤਾ ਕੁਛ ਨਹੀਂ ਹੈਗਾ ਮੈਂ ਅਤੇ ਕੌਫੀ ਚੱਕ ਕੇ ਥੋੜ੍ਹਾ ਜਿਹਾ ਹੌਸਲਾ ਜਿਹਾ ਹੋ ਜਾਂਦਾ ਬੰਦੇ ਨੂੰ ਅਤੇ ਪਾਇਲਟ 'ਤੇ ਆਇਆ ਮੈਂ ਜੀ ਐਗਜ਼ਿਟ ਨੰਬਰ 37 ਹੈ ਸ਼ਾਇਦ ਇਹ 99 'ਤੇ ਬੇਕਰਫੀਲਡ 'ਚ ਹੀ ਪੈਂਦਾ ਆ ਉੱਥੇ ਆਇਆ ਹੁਣ ਮੈਂ ਅਤੇ ਦਿਨ ਦਿਹਾੜੇ ਰਾਤ ਨੂੰ ਤਾਂ ਇੱਥੇ ਪਾਰਕਿੰਗ ਮਿਲਦੀ ਨਹੀਂ ਪਰ ਦਿਨੇ ਦਿਨੇ ਤਾਂ ਖਾਲੀ ਪਿਆ ਬਈਲੀ ਮਿੱਤਰੋ ਗੱਲ ਹੈਗੀ ਇੱਦਾਂ ਵੀ ਕੱਪੜੇ ਹੋ ਗਏ ਆਪਣੇ ਗੰਦੇ ਅਤੇ ਮੈਂ ਆ ਗਿਆ ਟਰੱਕ ਸਟਾਪ 'ਤੇ ਮੈਂ ਕਿਹਾ ਚੱਲ ਆ ਕੇ ਨਾ ਮਾੜਾ ਜਿਹਾ ਕੱਪੜੇ ਚੇਂਜ ਕਰ ਲਈਏ ਮਾੜਾ ਜਿਹਾ ਅਤੇ ਨਹਾ ਧੋ ਲਈਏ ਵੈਸੇ ਤਾਂ ਘਰ ਨੂੰ ਚੱਲ ਜਾਣਾ ਨਹਾਉਣਾ ਨਹੀਂ ਆ ਮੈਂ ਇੱਥੇ ਅਤੇ ਕੀ ਨਿਕਲੇ ਯਾਰ ਇਹਦੇ ਵਿੱਚੋਂ ਆਹ ਡਿਜ਼ਾਇਨ ਨਹੀਂ ਹੈਗਾ ਟੀ ਸ਼ਰਟ ਗੰਦੀ ਹੋ ਗਈ ਕੱਲ੍ਹ ਬਣਾ ਕੇ ਸੋ ਕੱਪੜੇ ਮੈਂ ਕਿਹਾ ਚੇਂਜ ਕਰ ਲਈਏ ਮਾੜਾ ਜਿਹਾ ਮੂੰਹ ਹੱਥ ਧੋ ਲਈਏ ਅਤੇ ਫਿਰ ਚੱਲੀਏ ਕਹਾਂ ਪਿੰਡ ਨੂੰ ਇੱਕ ਸਵੇੜ ਕਿੰਨੇ ਫੋਰਨੀਆਂ ਨੂੰ ਘਰ ਚੱਲ ਕੇ ਨਵਾਂ ਧੋਵਾਂਗੇ ਯਾਰ ਹੁਣ ਟਰੱਕ ਨੂੰ ਗਰੀਸ ਵਗੈਰਾ ਕਰਾ ਲਈ ਆ ਕਲੱਚ ਦੀ ਐਡਜਸਟਮੈਂਟ ਹੋ ਗਈ ਆ ਅਤੇ ਹੁਣ ਆਪਾਂ ਚੱਲੇ ਹਾਂ ਯਾਰਡ ਨੂੰ ਅਤੇ ਰਾਣਾ ਭਾਈ ਚਲਾ ਰਿਹਾ ਟਰੱਕ ਇਕੱਲਾ ਅਤੇ ਮੈਂ ਉਹਨੂੰ ਕਿਹਾ ਵੀ ਤੂੰ ਇਕੱਲਾ ਚਲਾ ਟਰੱਕ ਅੱਜ ਵੀ ਦੇਖ ਪਾ ਕੇ ਗੇਅਰ ਇਕੱਲਾ ਕਿਉਂਕਿ ਕਈ ਵਾਰੀ ਕੀ ਹੁੰਦਾ ਜਿੱਦਾਂ ਮੈਂ ਨਾਲ ਬੈਠਾ ਹੋਵਾਂ ਫਿਰ ਭਾਅ ਜੀ ਘਬਰਾ ਜਾਂਦਾ ਵੀ ਕਿਤੇ ਗੇਅਰ ਦੀ ਆਵਾਜ਼ ਆ ਗਈ ਅਤੇ ਮੈਂ ਰੌਲਾ ਪਾਉਣਾ ਜਾਂ ਕੁਛ ਵੀ ਹੈ ਨਾ ਤਾਂ ਮੈਂ ਭਾਅ ਜੀ ਨੂੰ ਕਹਾਂਗਾ ਚੱਲ ਤੂੰ ਅੱਜ ਇਕੱਲਾ ਹੀ ਚਲਾ ਟਰੱਕ ਦੇਖਦੇ ਹਾਂ ਮੈਂ ਕਿਹਾ ਨਾਲੇ ਹੌਸਲਾ ਖੁੱਲਦਾ ਕਿ ਇੱਦਾਂ ਹੀ ਖੁੱਲਦਾ ਹੌਸਲਾ ਕਿਉਂਕਿ ਜਦੋਂ ਮੈਂ ਟਰੱਕ ਚਲਾਉਣਾ ਸਿੱਖਿਆ ਸੀ ਨਾ ਅਤੇ ਜਿੱਦਣ ਮੇਰੇ ਉਸਤਾਦ ਜੀ ਨੇ ਮੈਨੂੰ ਲੋਡ ਚੱਕਣ ਭੇਜਿਆ ਇਸ ਲੀਨਸ ਇਕੱਲੇ ਨੂੰ ਅਤੇ ਉੱਦਣ ਮਤਲਬ ਕਿ ਜਾ ਕੇ ਕੱਲ੍ਹ ਮੈਨੂੰ ਹੌਸਲਾ ਜਿਹਾ ਹੋਇਆ ਸੀਗਾ ਵੀ ਹਾਂ ਵੀ ਮੈਂ ਇਕੱਲਾ ਟਰੱਕ ਚਲਾ ਸਕਦਾ ਨਹੀਂ ਪਹਿਲਾਂ ਡਰ ਹੀ ਲੱਗਦਾ ਸੀ ਰਾਣਾ ਭਾਅ ਜੀ ਲੈ ਆਇਆ ਯਾਰ ਨੂੰ ਟਰੱਕ ਉੱਥੋਂ ਆਪਾਂ ਤੁਰੇ ਰੋਜ਼ਡਲ ਹਾਈਵੇ ਤੋਂ ਰਾਣੇ ਭਾਈ ਨੂੰ ਟਰੱਕ ਫੜਾਇਆ ਅਤੇ 99 ਸਾਊਥ ਲੈ ਕੇ ਅਤੇ ਆਪਾਂ ਆਏ ਹਾਫਟਨ ਰੋਡ ਤੱਕ ਹਾਫਟਨ ਰੋਡ ਤੋਂ ਐਕਸਿਡ ਮਾਰ ਕੇ ਅਤੇ ਮੁੜ ਕੇ ਯੂਨੀਅਨ ਐਵਨਿਊ ਲੈ ਕੇ ਆਪਾਂ ਆਏ ਹਾਂ ਯਾਰ ਨੂੰ ਯਾਰਡ ਆਪਣਾ ਪੈ ਜਾਂਦਾ ਹੈਗਾ ਜੀ ਬੇਕਰਫੀਲਡ 'ਚ ਅਤੇ ਮਤਲਬ ਕਿ ਕਹਿ ਲਓ ਵੀ ਕੁੱਲ ਮਿਲਾ ਕੇ 10-12 ਮੀਲ ਦਾ ਟ੍ਰਿਪ ਸੀਗਾ ਭਾਅ ਜੀ ਨੇ ਇਕੱਲੇ ਨੇ ਅੱਜ ਚਲਾਇਆ ਟਰੱਕ ਇਕੱਲਾ ਘੋੜਾ ਅਤੇ ਹੁਣ ਮੈਂ ਕਿਹਾ ਵੀ ਚੱਲ ਹੁੱਕ ਵੀ ਤੂੰ ਹੀ ਕਰ ਹੈ ਨਾ ਮੇਰੇ ਵਾਲੇ ਦੇ ਟਰੱਕ ਦੇ ਸ਼ੀਸ਼ੇ ਥੋੜ੍ਹੇ ਜਿਹੇ ਨਾ ਐਡਜਸਟ ਕਰਨ ਵਾਲੇ ਆ ਅਤੇ ਵੈਸੇ ਤਾਂ ਜਿੰਨਾ ਕੁ ਐਡਜਸਟ ਹੋ ਸਕਦੇ ਉਹ ਕੀਤੇ ਆ ਮੈਂ ਹੈ ਨਾ ਅਤੇ ਹੁਣ ਮੈਨੂੰ ਥੱਲੜੀ ਬਰੈਕਟ ਦੇ ਵਿੱਚ ਨਾ ਇੱਕ ਛੇਕ ਕੱਢਣਾ ਪੈਣਾ ਵੱਖਰਾ ਅਤੇ ਉਹਦੇ ਨਾਲ ਜਿਹੜੇ ਸ਼ੀਸ਼ੇ ਟਿਲਟ ਹੋਣੇ ਆ ਅਤੇ ਨਹੀਂ ਤਾਂ ਥੱਲੇ ਥੱਲੇ ਦੀਦਾ ਨਹੀਂ ਕੁਛ ਵੀ ਇਹਨੂੰ ਹੋਲਡ ਕਰਨ ਵਾਲਾ ਉਹ ਤਾਂ
ਐ ਕਰ ਫੇ ਮੇਰੀ ਵੀਡੀਓ ਨਹੀਂ ਹੋਣੀ ਚਾਹੀਦੀ ਜੋ ਐ ਕਰ ਹਾਂਜੀ ਬਾਬੇ ਸੋ ਗੱਲ ਹੈਗੀ ਇਦਾਂ ਵੀ ਵੀਡੀਓ ਤੁਸੀਂ ਦੇਖ ਲਈ ਹੈ ਤਾਂ ਮੈਨੂੰ ਨਾ ਲਾਸਟ ਵੀਡੀਓ 'ਤੇ ਇੱਕ ਕਮੈਂਟ ਆਇਆ ਸੀਗਾ ਮੈਂ ਵੈਸੇ ਪੜ੍ਹਦਾ ਮੈਂ ਸਾਰੇ ਕਮੈਂਟ ਹੁੰਦਾ ਨਾ ਅਤੇ ਮਤਲਬ ਟਰਾਈ ਵੀ ਕਰਦਾ ਹੁੰਦਾ ਵੀ ਜਿੰਨੀ ਵੱਧ ਤੋਂ ਵੱਧ ਰਿਪਲਾਈ ਕਰ ਹੋਵੇ ਕਰਾਂ ਬਟ ਕਈ ਵਾਰੀ ਕੀ ਹੁੰਦਾ ਵੀ ਨਹੀਂ ਕਰ ਹੁੰਦੀ ਹੈ ਨਾ ਪਰ ਮੈਂ ਪੜ੍ਹ ਲੈਂਦਾ ਹੁੰਦਾ ਮੈਂ ਸਾਰੇ ਕਮੈਂਟ ਪੜ੍ਹਦਾ ਹੁੰਦਾ ਅਤੇ ਮਤਲਬ ਕਿ ਕਹਿ ਲਓ ਵੀ ਬੜੀ ਖੁਸ਼ੀ ਹੁੰਦੀ ਹੈ ਕਮੈਂਟ ਦੇਖ ਕੇ ਨਾ ਸਾਰਿਆਂ ਦੇ ਸੋ ਮੇਨ ਚੀਜ਼ ਇਹ ਆ ਵੀ ਸਾਰੇ ਜਿੰਨੇ ਵੀ ਹੈਗੇ ਆਪਾਂ ਨੂੰ ਮੋਟੀਵੇਟ ਕਰ ਰਹੇ ਆ ਕਮੈਂਟਸ ਵਿੱਚ ਨਾ ਵੀ ਹਾਂਜੀ ਵੀ ਖਿੱਚ ਕੇ ਰੱਖੋ ਕੰਮ 'ਚ ਕੁਛ ਵੀ ਆ ਹੈ ਨਾ ਅਤੇ ਕਈ ਬੰਦੇ ਆਪਣੇ ਇੱਦਾਂ ਦੇ ਹੈਗੇ ਆ ਜਿਹਨਾਂ ਕੋਲ ਐਕਸਪੀਰੀਅੰਸ ਹੈਗਾ ਆ ਬਹੁਤ ਪੁਰਾਣੇ ਚਲਾਉਂਦੇ ਆ ਅਤੇ ਉਹ ਮੈਨੂੰ ਮੇਰੀਆਂ ਗਲਤੀਆਂ ਪੁਆਇੰਟ ਆਊਟ ਕਰਦੇ ਆ ਜਾਂ ਮੈਨੂੰ ਦੱਸਦੇ ਆ ਵੀ ਆਹ ਚੀਜ਼ਾਂ ਰੱਖ ਜਾਂ ਇੱਦਾਂ ਕਰ ਜਾਂ ਉੱਦਾਂ ਕਰ ਹੈ ਨਾ ਅਤੇ ਉਸ ਤੋਂ ਬਾਅਦ 'ਚ ਇੱਕ ਕੈਟੇਗਰੀ ਆਉਂਦੀ ਹੈਗੀ ਆ ਹੋਰ ਅਤੇ ਚਲੋ ਮੈਨੂੰ ਗੁੱਸਾ ਨਹੀਂ ਗਾ ਉਹਨਾਂ 'ਤੇ ਵੀ ਬਟ ਪਹਿਲਾਂ ਤੁਸੀਂ ਕਮੈਂਟ ਦੇਖ ਲਓ ਅੱਛਾ ਜੀ ਹੁਣ ਤੁਸੀਂ ਕਮੈਂਟ ਦੇਖ ਲਿਆ ਅਤੇ ਇਹ ਭਾਈ ਸਾਹਿਬ ਹੁਣੀ ਕਹਿੰਦੇ ਵੀ ਮੈਨੂੰ 17 ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ ਹੈ ਨਾ ਫਲੈਟ ਬੈੱਡ ਦਾ ਅਤੇ ਓਵਰ ਸਾਈਜ਼ ਲੋਡਾਂ ਦਾ ਕੰਮ ਕਰਦਿਆਂ ਨੂੰ ਸੋ ਭਾਅ ਜੀ ਹੁਣੀ ਕਹਿੰਦੇ ਆ ਵੀ ਪਹਿਲੇ ਨੰਬਰ 'ਤੇ ਤਾਂ ਬਾਈ ਜੀ ਕਹਿੰਦੇ ਆ ਵੀ ਆਹ ਸੈਟਅਪ ਦੇ ਨਾਲ ਕਿਸੇ ਸ਼ਿਪਰ ਦੇ ਜਾਂ ਰਿਸੀਵਰ ਦੇ ਬਹੁਤਿਆਂ ਦੇ ਉੱਤੇ ਤੁਲ ਆਇਆ ਨਹੀਂ ਜਾਣਾ ਟਰੱਕ ਹੈ ਨਾ ਚਲੋ ਉਹ ਵੀ ਮੰਨ ਲੈਂਦੇ ਹੋ ਸਕਦਾ ਓਬੀਅਸ ਆ ਹੈ ਨਾ ਵੀ ਟਰੱਕ ਆਪਣਾ ਥੋੜ੍ਹਾ ਵੱਡਾ ਆ ਲੰਬਾ ਆ ਹੈ ਨਾ ਅਤੇ ਹੋ ਸਕਦਾ ਇੱਦਾਂ ਵੀ ਹੋ ਜਾਵੇ ਕਿਤੇ ਨਾ ਕਿਤੇ ਬਟ ਇਸੇ ਚੱਕਰ ਕਰਕੇ ਮੈਂ ਸਪਰੈਡ ਐਕਸਲ ਜਿਹੜਾ ਹੈਗਾ ਟ੍ਰੇਲਰ ਉਹਨੂੰ ਰੀਅਰ ਐਕਸਲ ਜਿਹੜਾ ਡੰਪ ਕਰਵਾਇਆ ਆ ਕਿਉਂਕਿ ਡੰਪ ਕਰਕੇ ਭਾਈ ਨੂੰ ਮੈਨੂੰ ਨਹੀਂ ਪਤਾ ਭਾਈ ਨੇ ਡੰਪ ਕਰਾਇਆ ਕਿ ਨਹੀਂ ਕਰਾਇਆ ਆਪਣਾ ਟਰੱਕ ਅਤੇ ਟ੍ਰੇਲਰ 'ਤੇ ਡੰਪ ਨਾਲ ਹੀ ਆਪਾਂ ਜਿਹੜੇ ਹੈਗੇ ਟਾਈਟ ਟਰਨ ਲੈ ਸਕਦੇ ਹਾਂ ਹੈ ਨਾ ਯੂ ਟਰਨ ਮਾਰਨਾ ਪਵੇ ਉਹ ਮਾਰ ਸਕਦੇ ਹਾਂ ਹੁਣ ਜਿੱਦਾਂ ਮੈਂ ਲਿਫਟ ਵੀ ਲਵਾਈ ਆ ਟਰੱਕ ਨੂੰ ਜੇ ਜ਼ਿਆਦਾ ਟਾਈਟ ਯੂ ਟਰਨ ਮਾਰਨਾ ਪੈ ਜਾਵੇ ਅਤੇ ਮੈਂ ਲਿਫਟ ਕਰਕੇ ਐਕਸਲ ਅਤੇ ਯੂ ਟਰਨ ਵੀ ਮਾਰ ਸਕਦਾ ਹੈ ਨਾ ਸੋ ਇਹ ਚੀਜ਼ਾਂ ਬਹੁਤ ਧਿਆਨ 'ਚ ਰੱਖ ਕੇ ਮੈਂ ਟਰੱਕ ਟ੍ਰੇਲਰ ਜਿਹੜਾ ਬਣਾਇਆ ਸੀਗਾ ਆਪਣਾ ਬਟ ਚਲੋ 17 ਸਾਲ ਦਾ ਐਕਸਪੀਰੀਅੰਸ ਆ ਬਾਈ ਜੀ ਨੂੰ ਓਬੀਅਸਲੀ ਨੌਲੇਜ ਜ਼ਿਆਦਾ ਆ ਬਟ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੂੰਗਾ ਵੀ ਬਾਈ ਜੀ ਨੇ ਇੱਕ ਬੜੀ ਨੈਗੇਟਿਵ ਜਿਹੀ ਗੱਲ ਕੀਤੀ ਆ ਕਹਿੰਦਾ ਵੀ ਇਹ ਟਰੱਕ ਜਿਹੜਾ 6 ਮਹੀਨੇ ਬਾਅਦ ਇੱਦਾਂ ਦਾ ਨਹੀਂ ਦਿਸੂਗਾ ਮਤਲਬ ਕਿ ਉਹਨਾਂ ਨੇ ਇਸ ਹਿਸਾਬ ਨਾਲ ਗੱਲ ਕੀਤੀ ਆ ਵੀ 6 ਮਹੀਨਿਆਂ ਬਾਅਦ ਟਰੱਕ ਦਾ ਮਤਲਬ ਕਿ ਕੋਈ ਨਾ ਕੋਈ ਨੁਕਸਾਨ ਹੋਊਗਾ ਕਿਤੇ ਝਰੀਟਾਂ ਵੱਜਣਗੀਆਂ ਜਾਂ ਕਿੱਦਾਂ ਵੀ ਹੈ ਨਾ ਮਤਲਬ ਮੈਂ ਫੀਲਿੰਗ ਸਮਝ ਗਿਆ ਬਾਈ ਦੀ ਵੀ ਫੀਲਿੰਗ ਕੀ ਹੈਗੀ ਆ ਹੈ ਨਾ ਸੋ ਮੈਂ ਇੱਕੋ ਗੱਲ ਬਾਈ ਜੀ ਨੂੰ ਪੁੱਛਣੀ ਚਾਹੁੰਦਾ ਵੀ ਭਰਾਵਾ 17 ਸਾਲ ਹੋ ਗਏ ਤੁਹਾਨੂੰ ਟਰੱਕ ਚਲਾਉਂਦਿਆਂ ਨੂੰ ਮੈਨੂੰ ਹੋਏ 10 ਸਾਲ ਹੈ ਨਾ ਅਤੇ ਮੈਨੂੰ ਨਹੀਂ ਪਤਾ ਵੀ ਤੁਸੀਂ ਅੱਖਾਂ ਬੰਦ ਕਰਕੇ ਟਰੱਕ ਚਲਾਉਂਦੇ ਜਾਂ ਕਿੱਦਾਂ ਪਰ ਕਦੇ ਇੱਦਾਂ ਹੋਇਆ ਨਹੀਂ ਤੁਹਾਨੂੰ ਕਦੇ ਦੇਖਿਆ ਨਹੀਂ ਵੀ ਗੋਰਿਆਂ ਦੇ ਟਰੱਕ ਦੇਖੋ ਬੁੱਢੇ ਬੁੱਢੇ ਗੋਰੇ ਆ ਯੰਗ ਗੋਰੇ ਆ ਟਰੱਕਾਂ ਦੇ ਮਗਰ ਉਹਨਾਂ ਨੇ ਫਲੈਟ ਬੈੱਡ ਪਾਏ ਹੋ ਆ ਸਟੈਪ ਡੈੱਕ ਪਾਏ ਹੋ ਆ ਹੈ ਨਾ ਜੀ ਟਰੱਕ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਵੀ ਤੁਸੀਂ ਕਹੋ ਵੀ ਲਾਗੇ ਨਹੀਂ ਖੜ੍ਹਨਾ ਇਹਨਾਂ ਦੇ ਟਰੱਕ ਕਿਤੇ ਗੰਦਾ ਨਾ ਹੋਵੇ ਲਾਗੇ ਖੜ੍ਹ ਕੇ ਹੈ ਨਾ ਇੱਦਾਂ ਦੇ ਟਰੱਕ ਆ ਉਹਨਾਂ ਦੇ ਅਤੇ ਇਹਦਾ ਮਤਲਬ ਉਹ ਤਾਂ ਫਿਰ ਆਪਣੇ ਮਤਲਬ ਕਿ ਲੋਡ ਚੱਕਦੇ ਨਹੀਂ ਹੈਗੇ ਉਹ ਤਾਂ ਬਈ ਬਸ ਨਾ ਖਾਲੀ ਟਰੱਕ ਲੈ ਕੇ ਬਸ ਤੁਰੇ ਫਿਰਦੇ ਆ ਵੀ ਇੱਧਰੋਂ ਈਸਟ ਕੋਸਟ ਖਾਲੀ ਟਰੱਕ ਤੋਰਿਆ ਵੈਸਟ ਨੂੰ ਚਲੇ ਗਏ ਵੈਸਟ ਤੋਂ ਤੋਰਿਆ ਤਾਂ ਈਸਟ ਨੂੰ ਚਲੇ ਗਏ ਹੈ ਨਾ ਇੱਦਾਂ ਮਤਲਬ ਕਿ ਜ਼ਰੂਰੀ ਨਹੀਂ ਹੋ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਜ਼ਰੂਰੀ ਨਹੀਂ ਹੋ ਵੀ ਹਾਂ ਜੇ ਤੁਹਾਡੇ ਨਾਲ ਜਿਹੜਾ ਕੰਮ ਹੁੰਦਾ ਉਹ ਹੋਰ ਕਿਸੇ ਨਾਲ ਵੀ ਹੋਵੇ ਹੈ ਨਾ ਚਲੋ ਮੈਂ ਨਹੀਂ ਇਹ ਕਹਿੰਦਾ ਮੇਰੇ ਨਾਲ ਨਹੀਂ ਹੋ ਸਕਦਾ ਮੇਰੇ ਨਾਲ ਵੀ ਹੋ ਸਕਦਾ ਮੇਰੇ ਟਰੱਕ ਦਾ ਵੀ ਕਿਤੇ ਨੁਕਸਾਨ ਹੋਵੇ ਕਿਤੇ ਕਿਤੇ ਝਰੀਟ ਲੱਗੇ ਕੋਈ ਹੋ ਸਕਦਾ ਆ ਨੋ ਡਾਊਟ ਹੈ ਨਾ ਇਹ ਟਰੱਕ ਆ ਰੋਡ 'ਤੇ ਚੱਲਦੇ ਆ ਹੁੰਦਾ ਆ ਬਟ ਇਹ ਜ਼ਰੂਰੀ ਨਹੀਂ ਹੋ ਵੀ ਜੇ ਤੁਹਾਡੇ ਨਾਲ ਇਹ ਕੰਮ ਹੋਇਆ ਆ ਅਤੇ ਉਹ ਹਰੇਕ ਬੰਦੇ ਨਾਲ ਹੁਣ ਹੁੰਦਾ ਕੀ ਆ ਕਈ ਵਾਰੀ ਕਿਸੇ ਬੰਦੇ ਦਾ ਜਿੱਦਾਂ ਕਹਿ ਲਓ ਵੀ ਇੱਕ ਕੋਈ ਉਸਤਾਦ ਆ ਉਹਦੇ ਕੋਲ ਦੋ ਸ਼ਾਗਿਰਦ ਸਿੱਖਣ ਜਾਂਦੇ ਗਾਉਣਾ ਇੱਕ ਬਣ ਜਾਂਦਾ ਪੂਰਾ ਵਧੀਆ ਸਿੰਗਰ ਇੱਕ ਤੋਂ ਨਹੀਂ ਬਣ ਹੁੰਦਾ ਹੈ ਨਾ ਉਹ ਕੀ ਆ ਉਹਦੇ ਵਿੱਚ ਉਸਤਾਦ ਦੀ ਘਾਟ ਨਹੀਂ ਹੈਗੀ ਉਹਦੇ ਵਿੱਚ ਬੰਦੇ ਦੇ ਦਿਮਾਗ ਦੀ ਘਾਟ ਆ ਜਿਹੜਾ ਸਿੰਗਰ ਨਹੀਂ ਬਣ ਸਕਿਆ ਠੀਕ ਹੈ ਜੀ ਗੁਣ ਦੀ ਘਾਟ ਆ ਸੋ ਹੋ ਸਕਦਾ ਵੀ ਜਿੱਦਾਂ ਕਹਿ ਲਓ ਵੀ ਜੇ ਤੁਹਾਡੇ ਤੋਂ ਲੱਗਾ ਹੋਵੇ ਕਿਤੇ ਜਾਂ ਹਰੇਕ ਜਗ੍ਹਾ ਤੁਸੀਂ ਮੋੜ ਦਿੰਦੇ ਹੋਵੋਗੇ ਜਾਂ ਨਹੀਂ ਮੁੜਦਾ ਹੋਊਗਾ ਉਹਦੇ ਵਿੱਚ ਹੋ ਸਕਦਾ ਵੀ ਤੁਹਾਡੇ 'ਚ ਕੋਈ ਕਮੀ ਹੋਵੇ ਜ਼ਰੂਰੀ ਨਹੀਂ ਵੀ ਇਹ ਇੱਕ ਲਾਈਨ ਹੀ ਇੱਦਾਂ ਦੀ ਹੈ ਜਿੱਥੇ ਟਰੱਕਾਂ ਸੱਤਿਆਨਾਸ਼ ਹੀ ਹੋ ਜਾਂਦਾ ਆ ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਭਾਈ ਸਾਹਿਬ ਜੀ ਪੋਜ਼ੀਟਿਵ ਰਿਹਾ ਕਰੋ ਹੈ ਨਾ ਅਤੇ ਜਿੱਦਾਂ ਹੁਣ ਕਹਿ ਲਓ ਵੀ ਕਈ ਬੰਦੇ ਆ ਉਹ ਮਹੀਨੇ 'ਚ ਦੋ ਦੋ ਟਿਕਟਾਂ ਲੈਂਦੇ ਆ ਕਈ ਬੰਦੇ ਉਹਨਾਂ ਨੂੰ 10-10 ਸਾਲ ਹੋ ਗਏ ਟਿਕਟ ਨਹੀਂ ਲਈ ਉਹ ਹੈ ਨਾ ਚਲਾਉਂਦੇ ਉਹ ਵੀ ਉਸੇ ਰੋਡ 'ਤੇ ਆ ਟਰੱਕ
ਤੇ ਚਲਾਉਂਦੇ ਉਹਨਾਂ ਨੂੰ ਵੀ ਉਹੀ ਸਕੇਲਾਂ 'ਚ ਲੰਘਣਾ ਪੈਂਦਾ, ਉਹ ਵੀ ਉੱਦਾਂ ਦੇ ਲੋਡ ਚੱਕਦੇ ਆ, ਬਟ ਜ਼ਮੀਨ ਅਸਮਾਨ ਦਾ ਫਰਕ ਆ, ਉਹ ਪੈ ਜਾਂਦਾ ਬਾਈ ਜੀ ਫਰਕ ਆਪਣੇ ਚਲਾਉਣ 'ਚ, ਆਪਣੇ ਦਿਮਾਗ 'ਤੇ। ਅਤੇ ਬਾਕੀ ਰਹੀ ਗੱਲ ਦੂਜੀ, ਜੇ ਚਲੋ ਕੁਛ ਇੱਦਾਂ ਦਾ ਹੁੰਦਾ ਵੀ ਆ, ਮੰਨ ਲਓ ਵੀ ਬੰਪਰ ਭੰਨ ਲਿਆ ਮੈਂ, ਕੁਛ ਵੀ ਕਰ ਲਿਆ, ਅਤੇ ਪਵਾਉਣ ਨੂੰ ਬੈਠੇ ਹਾਂ ਬਾਬੇ, ਉਹ ਕੰਮ ਇਸੇ ਕਰਕੇ ਕਰਦੇ ਹਾਂ ਵੀ ਪਵਾਉਣਾ ਆ, ਹੈ ਨਾ, ਜੇ ਚੀਜ਼ ਕਿਤੇ ਲੋੜ ਪੈਂਦੀ ਆ ਪਾ ਲਵਾਂਗੇ, ਜੇ ਕਿਤੇ ਕੱਪੜਾ ਪਾੜਦਾ ਆਪਾਂ ਨਵਾਂ ਕੱਪੜਾ ਲੈਂਦੇ ਹੀ ਹਾਂ, ਆਪਾਂ ਕਿਹੜਾ ਕਹਿੰਦੇ ਵੀ ਨਹੀਂ ਯਾਰ ਟੀ ਸ਼ਰਟ ਮੇਰੀ ਦੋ ਦਿਨ ਪਹਿਲਾਂ ਪਾਈ ਸੀ ਅੱਜ ਪਾੜ ਗਈ, ਇਹ ਮੈਂ ਇੱਦਾਂ ਚਲਾਉਣੀ ਆ 6 ਮਹੀਨੇ, ਕੱਪੜਾ ਪਾੜ ਗਿਆ ਨਵਾਂ ਪਾ ਲਵਾਂਗੇ, ਬੰਪਰ ਟੁੱਟ ਗਿਆ ਨਵਾਂ ਪਾ ਲਵਾਂਗੇ, ਇਹ 'ਚ ਕਿਹੜੀ ਗੱਲ ਹੈ ਨਾ। ਬਟ ਮੈਂ ਨੈਗੇਟਿਵਿਟੀ ਦੀ ਗੱਲ ਕਰਦਾ, ਮੈਂ ਨੈਗੇਟਿਵਿਟੀ ਇੰਨੀ ਨਹੀਂ ਹੋਣੀ ਚਾਹੀਦੀ, ਤੁਸੀਂ ਹਰੇਕ ਬੰਦੇ ਨੂੰ ਆਪਣੇ ਵਾਲੀ ਕੈਟੇਗਰੀ 'ਚ ਨਹੀਂ ਲਿਆ ਸਕਦੇ ਵੀ ਮੈਂ ਭੰਨ ਲਿਆ ਟਰੱਕ ਤਾਂ ਉਹ ਵੀ ਭੰਨੂਗਾ, ਹੈ ਨਾ। ਸੋ ਬਾਕੀ ਚਲੋ ਗੁੱਸਾ ਨਹੀਂ ਮੇਰੀ ਗੱਲ ਦਾ ਕਰਨਾ ਵੀਰ ਮੇਰੇ, ਹੈ ਨਾ, ਅਤੇ ਸਿਆਣੇ ਆ ਤੁਸੀਂ, ਹੈ ਨਾ, ਮੈਂ ਤੁਹਾਡਾ ਨਾਮ ਵੀ ਬਲਰ ਕਰਕੇ ਉੱਤੇ ਸਿਆਣੇ ਲੋਕ ਲਿਖਿਆ, ਹੈ ਨਾ, ਅਤੇ ਤੁਸੀਂ ਸਿਆਣੇ ਆ, ਤੁਹਾਡਾ ਐਕਸਪੀਰੀਅੰਸ ਜ਼ਿਆਦਾ ਆ, ਹੈ ਨਾ। ਬਾਕੀ ਰੱਬ ਰੱਖੇ ਜੀ, ਮਿਲਦੇ ਅਗਲੇ ਵਲੌਗ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।